ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਲੋਕ ਸਭਾ ਇਲੈਕਸ਼ਨ 2024 ਨੂੰ ਲੈ ਕੇ ਫਰੀਦਕੋਟ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਦੀ ਵੱਡੀ ਲੀਡ, ਹੰਸਰਾਜ ਹੰਸ ਸਭ ਤੋਂ ਪਿੱਛੇ। ਸੋ ਵੱਡੀ ਅਪਡੇਟ ਤੁਹਾਡੇ ਨਾਲ ਕਰਾਂਗੇ ਸਾਂਝੀ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਸੋ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਫਰੀਦਕੋਟ ਦੇ ਵਿੱਚੋਂ। ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹੁਣ ਤੱਕ 40,000 ਵੋਟਾਂ ਦੇ ਨਾਲ ਅੱਗੇ ਨੇ ਅਤੇ ਕਰਮਜੀਤ ਅਨਮੋਲ 23,000 ਵੋਟਾਂ ਦੇ ਨਾਲ ਦੂਜੇ ਨੰਬਰ 'ਤੇ ਚੱਲ ਰਹੇ ਨੇ ਬੀਬੀ ਅਮਰਜੀਤ ਕੌਰ ਸਾਹੂ ਕੇ 16,234 ਵੋਟਾਂ ਨਾਲ ਤੀਜੇ 'ਤੇ, ਅਤੇ ਰਾਜਵਿੰਦਰ ਸਿੰਘ ਨੂੰ 15,947 ਵੋਟਾਂ ਮਿਲੀਆਂ ਅਤੇ ਹੰਸ ਰਾਜ ਨੂੰ ਸਿਰਫ 7,313 ਵੋਟਾਂ ਮਿਲੀਆਂ ਨੇ। ਉੱਧਰ ਸੰਗਰੂਰ ਤੋਂ ਮੀਤ ਹੇਰ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਜੀ, ਜਿੱਥੇ ਮੀਤ ਹੇਰ 80,000 ਦੇ ਕਰੀਬ ਵੋਟਾਂ ਨਾਲ ਅੱਗੇ ਨੇ ਅਤੇ ਦੂਜੇ ਨੰਬਰ 'ਤੇ 43,000 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਮਰ ਸਿੰਘ ਦੇ ਸਿਮਰਨਜੀਤ ਸਿੰਘ ਮਾਨ ਹਨ ਅਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ 37,790 ਵੋਟਾਂ ਦੇ ਨੇ, ਅਤੇ ਬੀਜੇਪੀ ਦੇ ਅਰਵਿੰਦ ਖੰਨਾ ਨੂੰ 22,980 ਵੋਟਾਂ ਮਿਲੀਆਂ ਨੇ ਅਤੇ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾ ਨੂੰ ਸਿਰਫ 13,186 ਵੋਟਾਂ ਮਿਲੀਆਂ ਨੇ।